ਇਹ ਕੀ ਇਸ ਦੇ ਰੂਪ ਦੇ ਵਿੱਚ ਵੱਜਵੇਂ ਰੂਪ 'ਚ ਆ ਗਏ ਤਾਂ ਕਰਕੇ ਇਹਨਾਂ 'ਤੇ ਸਵਾਲ ਉੱਠ, ਕਿਉਂਕਿ ਮੋਰਚੇ ਦੇ ਵਿੱਚੋਂ ਆਏ ਨੇ, ਮੋਰਚੇ 'ਚ ਅਸੀਂ ਇਕੱਠੇ ਲੜੇ ਹਾਂ, ਸਾਡੇ ਸਾਥੀ ਰਹੇ ਨੇ, ਇਸ ਕਰਕੇ ਇਹਨਾਂ 'ਤੇ ਸਵਾਲ ਉੱਠ ਕੇ ਇਹਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਲਿਆ ਅਤੇ ਖੜ੍ਹੇ ਹਾਂ, ਉਸੇ ਗੱਲ 'ਤੇ ਅਸੀਂ ਸਟੈਂਡ ਕਰਾਂਗੇ, ਉਹਦੇ ਸਟੈਂਡ ਕਰਦੇ, ਵਿਰੋਧ ਕਰਾਂਗੇ ਉਹਨਾਂ ਦਾ, ਬਿਲਕੁਲ ਨਹੀਂ, ਤੁਹਾਡਾ ਪੋਲੀਟੀਕਲ ਵਿੰਗ ਅੱਡ ਹੈ, ਟੇਡ ਜਥੇਬੰਦੀਆਂ ਅੱਡ ਨੇ, ਇਹ ਸਾਡਾ ਸਵਾਲ ਹੁੰਦਾ, ਉਹ 'ਤੇ ਨਿਰਣਾ ਲੈਣਾ, ਕੋਈ ਪੰਚਾਇਤ, ਕੋਈ ਵਿਧਾਨ ਸਭਾ ਜਾਂ ਕੋਈ ਅਦਾਰਾ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ ਲੜਿਆ ਹੋਵੇ, ਜਿਵੇਂ ਕਿਰਤੀ ਲੋਕ ਲੜੇ, ਤੁਸੀਂ ਵੀ ਲੜਿਆ, ਅਸੀਂ ਵੀ ਲੜੇ, ਤੁਸੀਂ ਕਿਹਨੂੰ ਦੇਖਦੇ ਹੋ ਕਿ ਜਿਹੜੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਮਾਇਤਾਂ ਦੀ ਹਮਾਇਤਾਂ ਹਮਾਇਤੀ ਹੋ ਸਕਦੇ? ਕਿਸੇ ਨੂੰ ਵੀ ਨਹੀਂ ਦੇਖਦਾ ਮੈਂ, ਕਿਸੇ ਦੇ ਕਰਜ਼ੇ ਮਾਫ਼ ਨਹੀਂ ਹੋਏ, ਸਾਰੇ ਦੇ ਕਰਜ਼ਾ ਸੜਾ। ਚੋਣਾਂ ਦੇ ਟਾਈਮ ਤੁਸੀਂ ਕੀ ਰੋਲ ਦੇਖਦੇ ਹੋ ਆਪਣਾ ਅਤੇ ਆਪਣੀ ਪਾਰਟੀ ਦਾ? ਦੇਖੋ, ਚੋਣਾਂ ਦੇ ਟਾਈਮ ਸਾਡੀ ਪਹਿਲਾਂ ਦੀ ਪੁਰਾਣੀ ਪਾਲਿਸੀ ਬਣਾਈ ਹੋਈ ਹੈ ਵੀ ਚੋਣਾਂ ਦੇ ਟਾਈਮ 'ਤੇ ਅਸੀਂ ਕਿਸੇ ਦੀ ਨਾ ਸਪੋਰਟ ਕਰਦੇ ਹਾਂ, ਨਾ ਆਪ ਚੋਣਾਂ 'ਚ ਖੜ੍ਹੇ ਹੁੰਦੇ ਹਾਂ। ਅਸੀਂ ਆਪਦੇ ਕੇਡਰ ਨੂੰ ਅਵੇਅਰ ਕਰਦੇ ਹਾਂ ਵੀ ਤੁਸੀਂ ਭਾਈ ਚੋਣਾਂ ਦੇ ਵਿੱਚ ਆਪਸ ਵਿੱਚ ਲੜਾਈ ਭਿੜਿਆਈ ਨਾ ਕਰੋ, ਵੋਟਾਂ ਤੁਹਾਨੂੰ ਜਿਹਨੂੰ ਮਰਜ਼ੀ ਤੁਹਾਨੂੰ ਚੰਗੀ ਲੱਗਦੀ ਹੈ ਪਾਰਟੀ ਪਾ ਦਿਓ। ਆਪਸ ਵਿੱਚ ਜਿਹੜੀਆਂ ਚੋਣਾਂ ਨੇ ਉਹ ਲੋਕਾਂ ਨੂੰ ਪਾੜਦੀਆਂ ਨੇ, ਭੈਣ ਭਾਈਆਂ ਨੂੰ ਇੱਕ ਦੂਜੇ ਨੂੰ ਗੁਆਂਢੀਆਂ ਨਾਲ ਪਾੜ ਜਾਂਦੇ, ਪਿੰਡ ਦੇ ਵਿੱਚ ਧੜੇਬੰਦੀ ਬਣ ਗਈ, ਉਹ ਧੜੇਬੰਦੀ ਨਾ ਬਣ ਦਿਓ। ਇਸ ਕਰਕੇ ਵੋਟਾਂ ਤੋਂ ਬਚੋ, ਤੁਸੀਂ ਵੋਟਾਂ ਦੇ ਵਿੱਚ ਜਿਹੜੀ ਧੜੇਬੰਦੀ ਆ ਉਹ ਸਾਡੀ ਜਥੇਬੰਦਕ ਤਾਕਤ ਦਾ ਨੁਕਸਾਨ ਕਰਦੀ ਹੈ, ਇਹ ਤੋਂ ਬਚੋ ਅਤੇ ਆਪਣੀ ਲੜਾਈ ਵਾਸਤੇ ਕਾਇਮ ਰਹੋ। ਆਪਣੀ ਲੜਾਈ ਨਾਲ ਹੀ ਸਭ ਕੁਛ ਬਣਨਾ, ਤੁਹਾਨੂੰ ਵੋਟਾਂ ਵਾਲਿਆਂ ਨੇ ਕੁਛ ਨਹੀਂ ਦੇਣਾ, ਇਹ ਤਾਂ ਅਸੀਂ ਉਹਨਾਂ ਦਾ ਭਰੋਸਾ ਬਣਾਉਂਦੇ। ਮੈਨੂੰ ਲੱਗਦਾ ਕਾਫੀ ਤੁਸੀਂ ਅਗੇਂਸਟ ਹੈਗੇ ਹੋ ਵੋਟਾਂ ਦੇ, ਚੋਣਾਂ ਤੋਂ ਅਗੇਂਸਟ ਨਹੀਂ ਅਸੀਂ ਵੋਟਾਂ ਦੇ ਅਗੇਂਸਟ ਨਹੀਂ ਅਸੀਂ, ਅਸੀਂ ਸਿਸਟਮ ਦੇ ਅਗੇਂਸਟ। ਅਸੀਂ ਇਹ ਕਿਹਾ ਵੀ ਵੋਟਾਂ ਨਾਲ ਸਿਸਟਮ ਨਹੀਂ ਬਦਲਿਆ ਜਾਂਦਾ, ਬੰਦੇ ਬਦਲੇ ਜਾਂਦੇ, ਅਸੀਂ ਇਸ ਗੱਲ ਦੇ ਅਗੇਂਸਟ। ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਤੁਸੀਂ ਬਜਾਏ ਕਿ ਇਹਨੂੰ ਅਪੋਜ਼ ਕਰਨ ਦੇ, ਜੇ ਤੁਸੀਂ ਆਪ ਇਲੈਕਸ਼ਨਾਂ ਦੇ ਵਿੱਚ ਆਓ, ਤੁਸੀਂ ਕੰਟੈਸਟ ਕਰੋ, ਤੁਸੀਂ MLA ਬਣੋ, MP ਬਣੋ, ਤਾਂ ਤੁਸੀਂ ਸਿਸਟਮ ਦੇ ਵਿੱਚ ਆ ਕੇ ਬਦਲਾਅ ਸੌਖੇ ਤਰੀਕੇ ਨਾਲ ਕਰ ਸਕਦੇ ਹੋ? ਦੇਖੋ, MLA ਤਾਂ ਬਣਨਾ ਬਹੁਤ ਦੂਰ ਦੀ ਗੱਲ ਹੈ, ਜੇ ਤੁਸੀਂ ਮੈਨੂੰ ਪੰਚਾਇਤ ਮੈਂਬਰ ਬਣੋ, ਮੈਨੂੰ 4 ਦਿਨਾਂ ਦੇ ਵਿੱਚ ਘਰਾਂ ਦੁਕਾਨਾਂ ਮਿਲਣ ਲੱਗ ਜਾਣਗੀਆਂ, ਜਿਹੋ ਜਿਹਾ ਸਿਸਟਮ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ, ਜੇ ਫਰਜ਼ ਕਰ ਲਓ ਤੁਸੀਂ ਮੇਰੇ ਪੜੋਸੀ ਹੋ, ਤੁਸੀਂ ਮੇਰੀ ਬੜੀ ਸਪੋਰਟ ਕੀਤੀ ਆ ਤੁਹਾਡੇ ਕੋਲ ਵੋਟਾਂ ਦੀ, ਕੱਲ੍ਹ ਨੂੰ ਤੁਹਾਡਾ ਮੁੰਡਾ ਜੇ ਦਾਰੂ ਫੜੀ ਜਾਵੇ ਤਾਂ ਮੈਨੂੰ ਤੁਹਾਡੇ ਨਾਲ ਜਾਣਾ ਪੈਣਾ, ਮੈਨੂੰ ਨਾਲ ਜਾ ਕੇ ਕਹਿਣਾ ਪੈਣਾ ਥਾਣੇਦਾਰ ਨੂੰ ਵੀ ਲੈ ਫੜ ਪੈਸੇ ਬਾਈ ਬੰਦੇ ਨੂੰ ਛੱਡ ਦੇ। ਨਹੀਂ ਭਾਈ, ਮੈਂ ਉਹਨੂੰ ਕਹਿੰਦਾ ਵੀ ਤੁਹਾਡਾ ਇਹਦੇ ਤੋਂ ਦਾਰੂ ਛੱਡ ਕੇ ਜਾ ਬਾਈ, ਮੁੰਡੇ ਨੇ ਪੀਣ ਵਾਸਤੇ ਕੱਢੀਆਂ, ਕਦੇ ਨਹੀਂ ਛੱਡਦਾ। ਉਸ ਸਿਸਟਮ ਦੇ ਨਾਲ ਮੈਨੂੰ ਗੰਧਲਾ ਹੋਣਾ ਪੈਣਾ, ਮੈਂ ਤੁਹਾਡੇ ਹਿੱਤ ਜਿੱਤਣਾ ਜੇ ਮੈਂ ਤੁਹਾਡੀ ਹਮਦਰਦੀ ਜਿੱਤਣੀ ਹੈ, ਜੇ ਮੈਂ ਨਹੀਂ ਜਿੱਤਾ ਤੁਸੀਂ ਮੇਰੇ ਵਿਰੁੱਧ ਹੋ ਜਾਓਗੇ, ਦੂਜੇ ਦਿਨ ਕਲਾ ਕੱਢਣ ਲੱਗ ਜਾਓਗੇ ਮੈਨੂੰ। ਇਸ ਕਰਕੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਹੈ ਤੁਹਾਨੂੰ ਵੀ ਜਿਹੜਾ ਸਿਸਟਮ ਹੈ, ਇਸ ਕਿਸਮ ਦਾ ਗੰਧਲਾ ਹੋਇਆ ਸਿਸਟਮ ਹੈ, ਇਹਦੇ ਵਿੱਚ ਜਿੰਨਾ ਚਿਰ ਲੋਕਾਂ 'ਚ ਅਵੇਅਰਨੈਸ ਨਹੀਂ ਆਉਂਦੀ, ਜਿੰਨਾ ਚਿਰ ਲੋਕਾਂ ਦੇ ਲੋਕ ਆਪਦੀ ਲੜਾਈ ਨੂੰ ਆਪ ਲੜ ਕੇ ਨਹੀਂ ਦੇਖਦੇ, ਆਪਦੇ ਹਿੱਤਾਂ ਦੀ ਖਾਤਰ ਨਹੀਂ ਖੜ੍ਹਦੇ, ਉਹਨਾਂ ਚਿਰ ਉਹ ਇਹ ਸਿਸਟਮ ਦੇ ਵਿੱਚ ਜਿਹੜੇ ਇੱਧਰ ਨੂੰ ਆਉਣ ਦੀ ਝਾਕ ਰੱਖਣੀ ਹੈ, ਇਹ ਲੋਕਾਂ ਨਾਲ ਧੋਖਾ। ਜਿਵੇਂ ਤੁਸੀਂ ਕਿਸਾਨਾਂ ਦੇ ਜਿਹੜੇ 3 ਕਾਨੂੰਨ ਸੀਗੇ ਉਹ ਐਡੀ ਲੜਾਈ ਲੜੀ ਵਾਪਸ ਹੋਏ ਨੇ, ਹੁਣ ਜੇ ਤੁਸੀਂ ਮੰਨ ਲਓ ਕਿ ਸਿਸਟਮ ਦੇ ਵਿੱਚ ਹੁੰਦੇ, ਪਾਰਲੀਮੈਂਟ 'ਚ ਹੁੰਦੇ, ਤਾਂ ਸ਼ਾਇਦ ਇਹ ਕਾਨੂੰਨ ਬਣਦੇ ਨਾ? ਹਾਂ, ਸ਼ਾਇਦ ਇਹ ਤੁਹਾਨੂੰ ਭੁਲੇਖਾ ਵੀ ਇਹ ਤੁਸੀਂ ਸਿਸਟਮ ਦੇ ਵਿੱਚ ਹੁੰਦੇ ਸ਼ਾਇਦ ਇਹ ਕਾਨੂੰਨ ਨਾ ਬਣਦੇ, ਕਿਉਂਕਿ ਉੱਥੇ ਜਿਹੜੇ ਕਾਨੂੰਨ ਨੇ, ਜਿਹੜੇ ਸਿਸਟਮ ਚੱਲਦਾ ਪਾਰਲੀਮੈਂਟ ਦੇ ਵਿੱਚ, ਤਾਂ ਇਹ ਕਾਨੂੰਨ ਬਣੇ ਨਹੀਂ, ਇਹ ਸਿਧਾਂਤ ਬਣਾਏ ਨੇ ਜਿਹੜੇ ਸੰਸਾਰ ਨੂੰ ਚਲਾਉਂਦੀਆਂ ਕੰਮ ਕਾਰਪੋਰੇਟ ਨੇ, ਵੱਡੇ ਜਿਹੜੇ ਵੱਡੇ ਵੱਡੇ ਘਰਾਣੇ, 7-8 ਘਰਾਣੇ ਜਿਹੜੇ ਵੱਡੇ ਵੱਡੇ ਨੇ, ਜਿਹੜੇ ਦੁਨੀਆਂ ਨੂੰ ਚਲਾਉਂਦੇ ਨੇ, ਆਰਥਿਕਤਾ 'ਤੇ ਉਹਨਾਂ ਦਾ ਕਬਜ਼ਾ ਹੈ, ਆਰਥਿਕ ਤੰਗੀਆਂ ਦਾ ਕਾਰਨ ਸਾਡਾ ਦੇਸ਼ ਹੈ ਜਿਹੜਾ ਆਰਥਿਕ ਕਰਜ਼ੇ ਹੇਠ ਹੈ, ਆਰਥਿਕ ਮਜ਼ਬੂਤੀ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਖਾਤਰ ਦੇਸ਼ਾਂ ਦੀਆਂ ਬਾਹਰਲੀਆਂ ਵੱਡੀਆਂ ਕੰਪਨੀਆਂ ਦੇ ਸਮਝੌਤੇ ਮੰਨਣੇ ਪੈਂਦੇ ਆ, ਜਿਵੇਂ ਵਿਸ਼ਵ ਭਾਰ ਸੰਸਥਾ ਹੈ, ਟ੍ਰੇਡ ਔਰਗੇਨਾਈਜੇਸ਼ਨ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ, ਉਹਨਾਂ ਦੀਆਂ ਪੋਲਸੀਆਂ, ਉਹਨਾਂ ਦੀਆਂ ਨੀਤੀਆਂ, ਉਹ ਸ਼ਰਤਾਂ ਤਹਿਤ ਕਰਜ਼ਾ ਦਿੰਦੇ ਨੇ ਵੀ ਜੇ ਤੁਸੀਂ ਆਹ ਅਨਾਜ ਮੰਡੀਆਂ ਬੰਦ ਕਰੋਗੇ, ਸਰਕਾਰੀ ਮੰਡੀਆਂ ਬੰਦ ਕਰੋਗੇ, ਸਰਕਾਰੀ ਸਕੂਲ ਬੰਦ ਕਰੋਗੇ, ਸਬਸਿਡੀਆਂ ਦੇਣਾ ਬੰਦ ਕਰੋਗੇ, ਬਿਜਲੀ ਪਾਣੀ ਫ੍ਰੀ ਦੇਣਾ ਬੰਦ ਕਰੋਗੇ, ਅਸਰਕਾਰੀ ਖਰੀਦ ਸਰਕਾਰੀ ਗੋਦਾਮ ਰੱਖਣਾ ਬੰਦ ਕਰੋਗੇ, ਅਸੀਂ ਤੁਹਾਨੂੰ ਤਾਂ ਕਰਜ਼ਾ ਦੇਵਾਂਗੇ। ਉਹ ਸ਼ਰਤਾਂ ਉਹਨਾਂ ਨੂੰ ਮੰਨਣੀਆਂ ਪੈਂਦੀਆਂ ਨੇ, ਜਦੋਂ ਸ਼ਰਤਾਂ ਮੰਨਦੇ ਨੂੰ ਸਾਡਾ ਨੁਕਸਾਨ ਕਰਦੀਆਂ ਨੇ, ਇਸ ਕਰਕੇ ਅਸੀਂ ਕਹਿੰਦੇ ਵੀ ਇਹਨਾਂ ਤੋਂ ਸਾਡਾ ਫਾਇਦੇ ਦੀ ਝਾਕ ਨਾ। ਤੁਹਾਡੇ ਕੋਲ ਆਏ ਤਾਂ ਹੋਣੇ ਪੋਲੀਟੀਕਲ ਪਾਰਟੀ ਜਿਹੜੀਆਂ ਹੈਗੀਆਂ ਪੰਜਾਬ ਦੀਆਂ ਜਾਂ ਸੈਂਟਰ ਦੀਆਂ, ਹਰ ਸਾਲ ਆਉਂਦੀਆਂ ਨੇ ਜੀ, ਬਹੁਤ ਇਲੈਕਸ਼ਨ ਬਹੁਤ ਆਉਂਦੀਆਂ ਨੇ, ਬਹੁਤ ਆਉਂਦੇ ਨੇ, ਹਰ ਸਾਲ ਆਉਂਦੇ ਨੇ। ਸਾਡੇ ਕੋਲ ਕੇਡਰ ਹੈ, ਸਾਡੇ ਕੋਲ 2 ਲੱਖ ਬੰਦਾ ਹੈ, ਹਾਂਜੀ, ਸਾਡਾ ਕੇਡਰ ਚੇਤਨ ਹੈ, ਸਚੇਤ ਹੈ, ਇਹਦੇ ਕੋਲ ਆਉਣੀ ਹੈ ਉਹਨਾਂ ਕੋਲ। ਅੱਜ ਤੱਕ ਕਦੇ ਕਿਸੇ ਨੇ ਜ਼ਮੀਨ ਵਾਪਸ ਕਾਇਰ ਕੀਤੀ ਹੋਈ ਜ਼ਮੀਨ ਵਾਪਸ ਮੁੜਾਈ ਹੈ? ਅੱਜ ਤੱਕ ਕਦੇ ਅਵਾਰਡ ਕਿਸੇ ਨੇ ਰੱਦ ਕਰਵਾਇਆ? ਅੱਜ ਤੱਕ ਕਿਤੇ ਬਣਾਏ ਹੋਣੇ ਕਾਨੂੰਨ ਨੇ ਬੰਦ ਕਰੇ? ਅੱਜ ਤੱਕ ਕਿਸੇ ਸਿਆਸੀ ਪਾਰਟੀ ਨੇ ਕੁਰਕੀ ਬੰਦ ਕਰਵਾਈ ਹੈ ਜ਼ਮੀਨਾਂ ਦੀ? ਨਹੀਂ ਕਰਵਾਈ। ਜਿਹੜੀਆਂ ਗੱਲਾਂ ਸਿਆਸੀ ਪਾਰਟੀਆਂ ਦੀਆਂ ਹੁੰਦੀਆਂ, ਤੁਹਾਡੀ ਤਾਕਤ ਨੇ ਲੋਕਾਂ ਦੇ ਸਾਹਮਣੇ ਰੱਦ ਕਰੇ, ਜਿਸ ਤੋਂ ਵੱਧ ਹੋਰ ਕਿਸੇ ਦੇਖੋਗੇ? ਜਿਹੜੀ ਤਾਕਤ ਇਹ ਕਹਿ ਸਕਦੇ, ਜਿਹੜੀ ਸੁਪਰੀਮ ਕੋਰਟ ਦਾ ਕੀਤਾ ਹੋਇਆ ਫੈਸਲਾ ਵੀ ਉਮਰ ਕੈਦ ਦੀ ਸਜ਼ਾ ਸੁਪਰੀਮ ਕੋਰਟ ਨੇ ਕਰਤੀ, ਮਨਜੀਤ ਧਨੇਰ ਨੂੰ ਅਸੀਂ ਜੇਲ੍ਹ ਦੇ ਵਿੱਚੋਂ ਛਡਾ ਕੇ ਉਹਦੇ ਘਰ ਭੇਜਿਆ, ਇਹ ਲੋਕਾਂ ਦੀ ਤਾਕਤ ਦਾ ਸਿੱਟ ਹੈ। ਇਹ ਲੋਕਾਂ ਦੀ ਤਾਕਤ ਤੋਂ ਵੱਡੀ ਤਾਕਤ ਕੋਈ ਨਹੀਂ ਹੁੰਦੀ। ਸਾਡਾ ਇਸ ਗੱਲ 'ਤੇ ਭਰੋਸਾ, ਅਸੀਂ ਲੋਕਾਂ ਨੂੰ ਉਂਗਲਾਂ 'ਤੇ ਗਿਣ ਕੇ ਹੱਥਾਂ 'ਤੇ ਤਰਨ ਜਵਾ ਕੇ ਦਿਖਾਈ ਹੈ। ਸਾਡੇ ਲੋਕ ਲੜੇ ਨੇ,
ਆਗੂ ਸੀਗੇ ਕਈ, ਉਹ ਚੋਣਾਂ 'ਚ ਐਕਟਿਵਲੀ ਪਾਰਟੀਸਪੇਟ ਕਰਨ ਵਾਲੇ ਨੇ, ਉਹ ਕਿਵੇਂ ਦੇਖਦੇ ਹੋ ਤੁਸੀਂ ਫਿਰ? ਉਹ ਤਾਂ ਪਹਿਲਾਂ ਵੀ ਚੋਣਾਂ ਜਾਂਦੇ ਆ, ਉਹਦੇ 'ਚ ਕਿੰਨੀਆਂ ਜਥੇਬੰਦੀਆਂ ਨੇ ਜਿਹੜੀਆਂ CPM ਨਾਲ ਜੁੜੀਆਂ ਹੋਈਆਂ ਨੇ, ਉਹ ਪਹਿਲਾਂ ਵੀ ਚੋਣਾਂ ਲੜਦੇ ਆ ਹਰ ਸਾਲ। ਇਹਦੇ ਵਿੱਚ ਕੁਛ ਪਾਰਟੀਆਂ ਨੇ ਜਿਵੇਂ ਰਾਜਿਆਲ ਸਾਹਿਬ ਨੇ ਅਤੇ ਹੋਰ ਹਮੀਤ ਕਰਦੀਆਂ ਨੇ, ਇਹ ਚੋਣਾਂ ਦੇ ਵਿੱਚ ਕਿਸੇ ਨਾ ਕਿਸੇ ਦੀ ਹਮਾਇਤ ਕਰਦੇ ਨੇ ਹਰ ਸਾਲ, ਹਰ ਚੋਣਾਂ ਦੇ ਵਿੱਚ ਆਉਂਦੇ ਨੇ। ਐਤਕੀ ਇਹ ਸਿੱਧੇ ਰੂਪ ਦੇ ਵਿੱਚ ਵੱਜਵੇਂ ਰੂਪ 'ਚ ਆ ਗਏ, ਤਾਂ ਕਰਕੇ ਇਹਨਾਂ 'ਤੇ ਸਵਾਲ ਉੱਠ, ਕਿਉਂਕਿ ਮੋਰਚੇ ਦੇ ਵਿੱਚੋਂ ਆਏ ਨੇ, ਮੋਰਚੇ 'ਚ ਅਸੀਂ ਇਕੱਠੇ ਲੜੇ ਹਾਂ, ਸਾਡੇ ਸਾਥੀ ਰਹੇ ਨੇ, ਇਸ ਕਰਕੇ ਇਹਨਾਂ 'ਤੇ ਸਵਾਲ ਉੱਠ ਖੜੇ। ਇਹਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਲਿਆ, ਅਤੇ ਇਹਦੇ 'ਚ ਚੱਲ ਚੰਗੀ ਗੱਲ ਹੈ, ਉਹਨਾਂ ਨੇ ਬਣਾਇਆ, ਉਹਨਾਂ ਨੂੰ ਠੀਕ ਲੱਗਿਆ ਹੋਊਗਾ, ਪਰ ਇਹਦੇ ਸਿੱਟੇ 'ਤੇ ਕੁਛ ਲੋਕਾਂ ਦਾ ਸਵਾਰ ਸਕਣਗੇ, ਸਾਨੂੰ ਨਹੀਂ ਲੱਗਦਾ। ਸੰਯੁਕਤ ਜਿਹੜਾ ਸਮਾਜ ਮੋਰਚਾ ਇਹਨਾਂ ਨੇ ਬਣਾਇਆ, ਤੁਸੀਂ ਉਹਦਾ ਸਮਰਥਨ ਕਰਦੇ ਹੋ ਕਿ ਕਿਵੇਂ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਨਹੀਂ, ਅਸੀਂ ਜਦੋਂ ਕਿਸੇ ਦਾ ਵੀ ਸਮਰਥਨ ਕਰਨ ਦੀ ਗੱਲ ਕਰਦੇ ਹਾਂ, ਫਿਰ ਅਸੀਂ ਉਹਨਾਂ ਦਾ ਕਿਉਂ ਸਮਰਥਨ ਕਰਾਂਗੇ, ਫਿਰ ਅਸੀਂ ਆਪ ਕਿਉਂ ਨਹੀਂ ਚੋਣ ਲੜਾਂਗੇ? ਅੱਛਾ, ਜੇ ਸਾਡਾ ਸਮਰਥਨ ਕਰਨ ਦਾ ਸਾਡੀ ਨੀਤੀ ਅਸੀਂ ਨੇ ਬਦਲੀ ਹੈ, ਨੀਤੀ ਅਸੀਂ ਸਮਰ ਕੇ ਬਦਲਾਂਗੇ। ਅਸੀਂ ਕਿਸੇ ਦਾ ਸਪੋਰਟ ਨਹੀਂ ਕਰਾਂਗੇ, ਕਿਸੇ ਨੂੰ ਨਾ ਆਪ ਖੜੇ ਹੋਵਾਂਗੇ, ਇਹ ਤਾਂ ਖੜੇ ਹਾਂ, ਉਸੇ ਗੱਲ 'ਤੇ ਅਸੀਂ ਸਟੈਂਡ ਕਰਾਂਗੇ, ਉਹਦੇ ਸਟੈਂਡ ਕਰਦੇ। ਵਿਰੋਧ ਕਰਾਂਗੇ ਉਹਨਾਂ ਦਾ, ਕਿਉਂਕਿ ਜਿਹੜੀ ਪਾਰਟੀ ਬਾਕੀ ਹੈਗੀ ਉਹਨਾਂ ਦਾ ਵਿਰੋਧ ਨਹੀਂ ਕਰਾਂਗੇ, ਅਸੀਂ ਵਿਰੋਧ ਨਹੀਂ ਕਰਾਂਗੇ। ਕਿਸਾਨਾਂ ਦਾ ਨਹੀਂ ਕਰੋਗੇ, ਕਿਸੇ ਦਾ ਨਹੀਂ ਕਰੋਗੇ? ਨਹੀਂ, ਅਸੀਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਪਹਿਲਾਂ ਸੱਤਾ 'ਚ ਰਹੀਆਂ ਨੇ ਉਹਨਾਂ ਦਾ ਪੁੱਛਾਂਗੇ, ਉਹਨਾਂ ਦਾ ਸਵਾਲ ਜਵਾਬ ਕਰਾਂਗੇ। ਕੀ ਸਵਾਲ ਜਵਾਬ ਕਰੋਗੇ? ਉਹਨਾਂ ਦੇ ਜਿਹੜੇ ਵਾਅਦੇ ਕੀਤੇ ਨੇ, ਜਿਵੇਂ ਪਹਿਲਾਂ ਕੀਤੇ ਨੇ ਵਾਅਦੇ, ਉਹ ਸੱਤਾ 'ਚ ਦੇਖੋ ਅਕਾਲੀ ਨੇ ਕਿੰਨਾ ਚਿਰ ਸੱਤਾ 'ਚ ਰਹੇ ਨੇ, ਆਪਣੇ ਕਾਂਗਰਸੀ ਨੇ ਕਿੰਨਾ ਸੱਤਾ 'ਚ ਰਹੇ ਨੇ, ਆਪ ਵਾਲਿਆਂ ਦੇ ਪਿੱਛੇ ਕਾਂਗਰਸ ਉੱਤੇ ਰਹੀ ਹੈ ਦਿੱਲੀ ਦੇ ਵਿੱਚ ਸਰਕਾਰ, ਉਹਨਾਂ ਨੇ ਦਿੱਲੀ ਦੇ ਵਿੱਚ ਕੀ ਕੀਤਾ, ਇੱਥੇ ਕੀ ਕੀਤਾ, ਉਹਦਾ ਸਵਾਲ ਜਵਾਬ ਜਿਹੜੇ ਉਹਨਾਂ ਨੇ ਜ਼ਰੂਰ ਮਿਲਣਾ ਤਾਂ ਕਰਾਂਗੇ। ਤੁਹਾਡੇ ਜਿਹੜੇ ਆਗੂ ਨੇ ਉਹਨਾਂ ਦਾ ਇਹ ਕਹਿਣਾ ਕਿ ਉਗਰਾਹਾਂ ਸਾਹਿਬ ਬਾਅਦ 'ਚ ਸਾਡੇ ਨਾਲ ਮਿਲ ਜਾਣਗੇ, ਸਾਡੀ ਸੋਚ ਜਿਹੜੀ ਹੈਗੀ ਉਹ ਐਗਰੀ ਕਰ ਜਾਣਗੇ? ਹਾਂ, ਬਾਅਦ 'ਚ ਤਾਂ ਮਿਲਾਂਗੀ, ਜਦੋਂ ਚੋਣਾਂ ਚਾਣਾ ਹਾਰ ਹੂਰ ਗਏ ਜਾਂ ਨਾ ਕੁਛ ਬਣਿਆ ਜਾਂ ਜਿੱਤ ਗਏ, ਉਦੋਂ ਪਿੱਛੋਂ ਉਹਨਾਂ ਦੇ ਟੇੜੇ ਜਥੇਬੰਦੀਆਂ ਤਾਂ ਮਿਲਦੀ ਰਹਾਂਗੇ। ਐਂ ਮਿਲਣੋਂ ਤਾਂ ਨਹੀਂ ਕਿਸੇ ਨੂੰ ਹਟਾਇਆ, ਉਹ ਆ ਜਾਣਗੇ, ਚਾਹ ਵੀ ਮਿਲਾਵਾਂਗੇ, ਹੱਥ ਵੀ ਮਿਲਾਵਾਂਗੇ, ਮਿਲਾਂਗੇ ਤਾਂ ਹੁਣ ਵੀ, ਪਰ ਅਸੀਂ ਉਹਨਾਂ ਦੀ ਨੀਤੀ ਨਾਲ ਸਹਿਮਤ ਹੋ ਜਾਈਏ। ਇੱਕ ਗੱਲ ਇਹ ਹੁੰਦੀ ਹੈ ਕਿ ਉਹ ਆਪਦੀਆਂ ਨੀਤੀਆਂ ਨਾਲ ਸਾਨੂੰ ਆਪਦੀਆਂ ਨੀਤੀਆਂ ਨਾਲ ਸਾਨੂੰ ਸਹਿਮਤ ਕਰਨ 'ਚ ਕਾਮਯਾਬ ਹੋ ਗਏ ਕਿ ਨਾ ਹੋ ਗਏ, ਇਹ ਅੱਡ ਗੱਲ ਹੈ। ਮਿਲਣ ਮਿਲਾਉਣ ਤਾਂ ਪਹਿਲਾਂ ਵੀ ਚੱਲਦਾ ਗਾਹ। ਨਹੀਂ, ਮੈਂ ਪੋਲੀਟੀਕਲੀ ਗੱਲ ਕਰ ਰਿਹਾ, ਨਹੀਂ ਨਹੀਂ ਕੋਈ ਇੱਦਾਂ ਦੀ ਕੋਈ ਪੋਸੀਬਿਲਿਟੀ? ਨਹੀਂ ਨਹੀਂ ਨਹੀਂ, ਤੁਹਾਨੂੰ ਲੱਗ ਰਿਹਾ ਕਿ ਗਲਤ ਡਿਸੀਜਨ ਉਹਨਾਂ ਦਾ ਕਿ ਉਹ ਜਿਹੜੇ ਉਹ ਪੋਲੀਟੀਕਲੀ ਚੋਣਾਂ 'ਚ ਆ ਰਹੇ? ਨਹੀਂ, ਮੈਂ ਡਿਸੀਜਨ ਨੂੰ, ਇਸ 'ਤੇ ਕੀ ਅਸੀਂ ਉਹਨਾਂ ਦੇ ਡਿਸੀਜਨ ਨੂੰ ਗਲਤ ਕਿਵੇਂ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਨੂੰ ਅਖਤਿਆਰ ਹੈ ਡਿਸੀਜਨ ਕਰਨ ਦਾ, ਸਾਨੂੰ ਉਹ ਲੈਣ ਪਸੰਦ ਨਹੀਂ, ਅਸੀਂ ਉਹਦੇ ਨਾਲ ਸਹਿਮਤ ਨਹੀਂ, ਇਹ ਅਸੀਂ ਕਹਿ ਸਕਦੇ। ਇਸ ਇਹਦਾ ਇਹ ਸਾਰੇ ਜਿਹੜੀ ਪੋਲੀਟੀਕਲ ਐਕਟਿਵ ਹੋਏ ਨੇ ਉਹ, ਇਹ ਸਾਰੀਆਂ ਜਿਹੜੀ ਆਗੂ ਨੇ, ਇਸ ਦਾ ਸੰਯੁਕਤ ਕਿਸਾਨ ਮੋਰਚਾ 'ਤੇ ਕੀ ਫਰਕ ਪਏਗਾ? ਇਹ ਕੋਈ ਬਹੁਤਾ ਅਸਰ ਨਹੀਂ ਪੈਣ ਲੱਗਾ, ਉਹ ਹਲੇ ਵੀ ਪਾਰਟ ਰਹਿਣਗੇ ਸੰਯੁਕਤ ਕਿਸਾਨ ਮੋਰਚਾ ਦਾ। ਦੇਖੋ, ਜਿਹੜੀਆਂ ਉਹਨਾਂ ਟ੍ਰੇਡ ਆਰਗੇਨਾਈਜੇਸ਼ਨ ਨੇ, ਜੇ ਉਹਨਾਂ ਨੂੰ ਅੱਡ ਕਰ ਦੇਣਗੇ, ਜੇ ਤਾਂ ਉਹ ਸਾਰੀਆਂ ਜਥੇਬੰਦੀਆਂ ਪੋਲੀਟੀਕਲ ਮੋਰਚੇ ਹੀ ਬਣ ਗਿਆ, ਫਿਰ ਤਾਂ ਉਹਨਾਂ ਦਾ ਸੰਯੁਕਤ ਮੋਰਚੇ ਨਾਲ ਕੋਈ ਸੰਬੰਧ ਹੀ ਨਹੀਂ, ਕਿਉਂਕਿ ਰਾਜਨੀਤਿਕ ਪਾਰਟੀ ਬਣ ਗਈ ਉਹ। ਜੇ ਉਹਨਾਂ ਦੇ ਟ੍ਰੇਡ ਜਥੇਬੰਦੀ ਅੱਡ ਹੋਈਆਂ, ਫਿਰ ਉਹ ਦੇਖਿਆ ਜਾਊਗਾ ਉੱਥੇ। ਰਾਜੇਵਾਲ ਸਾਹਿਬ ਨੇ, ਰਾਜੇਵਾਲ ਸਾਹਿਬ ਚੋਣਾਂ ਵੀ ਲੜਨਗੇ ਜਿਵੇਂ ਹੁਣ ਤੱਕ ਗੱਲ ਚੱਲ ਰਹੀ ਹੈ, ਦੂਜੇ ਪਾਸੇ ਚਦੂਨੀ ਸਾਹਿਬ ਨੇ, ਉਹ ਵੀ ਤੁਹਾਡੇ ਨਾਲ ਵੀ ਸੀਗੇ, ਚੋਣਾਂ ਵੀ ਲੜ ਸਕਦੇ ਨੇ, ਇਹ ਫਿਰ ਤੁਹਾਡੇ ਨਾਲ ਕੋਈ ਰਹਿਣਗੇ ਤਾਂ ਤੁਹਾਨੂੰ ਕੋਈ ਇਸ 'ਤੇ ਇਤਰਾਜ਼ ਨਹੀਂ ਹੈ? ਜੇ ਵਿਚਾਰਿਆ ਜਾਊਗਾ ਵੀ ਇਹਨਾਂ ਨਾਲ ਸੰਬੰਧ ਕਿਸ ਤਰ੍ਹਾਂ ਦੇ ਹੋਣ, ਇਹ ਕਿਵੇਂ ਰਹਿਣਗੇ, ਇਹਨਾਂ ਬਾਰੇ ਪੁੱਛਿਆ ਜਾਊਗਾ ਅਤੇ ਵਿਚਾਰਿਆ ਜਾਊਗਾ। ਕੀ ਵਿਚਾਰ ਹੈ ਤੁਹਾਡੇ, ਮਤਲਬ ਕਿਸ ਤਰੀਕੇ ਦੇ ਵਿਚਾਰ, ਕਿਸ ਤਰੀਕੇ ਦੇ ਸਵਾਲ ਨੇ ਤੁਹਾਡੇ ਦਿਮਾਗ ਦੇ ਵਿੱਚ? ਸਾਡੇ ਦੇ ਵਿੱਚ ਸਵਾਲ ਇਹੀ ਹੈ ਵੀ ਭਾਈ ਤੁਸੀਂ ਐਂ ਦੱਸੋ ਵੀ ਜਿਹੜੇ 22 ਜਥੇਬੰਦੀਆਂ ਦਾ ਜਿਹੜੇ ਸੰਯੁਕਤ ਸਮਾਜ ਮੋਰਚਾ ਬਣਾਇਆ ਤੁਸੀਂ ਨੇ, ਉਹ ਸਾਰੇ ਦਾ ਸਾਰਾ ਮੋਰਚਾ ਜਥੇਬੰਦੀਆਂ ਪੋਲੀਟੀਕਲ ਬਣ ਗਈ, ਕੋਈ ਤੁਹਾਡਾ ਪੋਲੀਟੀਕਲ ਵਿੰਗ ਅੱਡ ਹੈ, ਟ੍ਰੇਡ ਜਥੇਬੰਦੀਆਂ ਅੱਡ ਨੇ, ਇਹ ਸਾਡਾ ਸਵਾਲ ਹੋਊਗਾ, ਉਹ 'ਤੇ ਨਿਰਣਾ ਲੈਣਾ। ਚੋਣਾਂ ਦੇ ਵੇਲੇ ਤੁਸੀਂ ਕਿਹਾ ਕਿ ਤੁਸੀਂ ਚੋਣਾਂ ਤਾਂ ਲੜਨੀਆਂ ਨਹੀਂ, ਕਿਸ ਤਰੀਕੇ ਦੀ ਪਾਰਟੀਸਪੇਸ਼ਨ ਦੇਖਦੇ ਹੋ? ਕਿਉਂਕਿ ਪੰਜਾਬ ਦੀਆਂ ਬੜੀਆਂ ਇੰਪੋਰਟੈਂਟ ਚੋਣਾਂ ਨੇ, ਤੁਸੀਂ ਹੁਣੇ ਹੁਣੇ ਇੱਕ ਲੜਾਈ ਲੜੀ ਹੈ ਕਿਸਾਨਾਂ ਦੇ ਜਿਹੜੇ ਕਾਨੂੰਨਾਂ ਦੇ ਖਿਲਾਫ਼, ਉਸ ਤੋਂ ਬਾਅਦ ਇਮੀਡੀਏਟਲੀ ਬਾਅਦ ਚੋਣਾਂ ਆਈਆਂ ਨੇ, ਕਈ ਪੋਲੀਟੀਕਲ ਪਾਰਟੀਆਂ ਮੈਦਾਨ ਦੇ ਵਿੱਚ ਹੈਗੇ ਨੇ, ਕਿਵੇਂ ਤੁਸੀਂ ਕੀ ਪਾਰਟੀਸਪੇਸ਼ਨ ਦੇਖਦੇ ਹੋ ਆਪਣੀ? ਪਹਿਲਾਂ ਮੈਂ ਦੱਸੇ ਤਾਂ ਦੁਹਰਾ ਰਿਹਾ ਆਪਾਂ ਗੱਲ ਪਹਿਲਾਂ ਦੱਸ ਚੁੱਕਿਆ, ਮੈਂ ਤਾਂ ਸਾਡਾ ਤਾਂ ਇੱਕ ਡਿਸੀਜਨ ਹੈ ਵੀ ਨਾ ਅਸੀਂ ਨੇ ਭਾਗ ਲੈਣਾ ਚੋਣਾਂ 'ਚ, ਨਾ ਅਸੀਂ ਕਿਸੇ ਦੀ ਸਪੋਰਟ ਕਰਨੀ ਹੈ, ਚੋਣਾਂ ਹੋ ਜਾਣਗੀਆਂ। ਕੋਈ ਮੁੱਦੇ ਜਿਹੜੇ ਚਾਹੁੰਦੇ ਹੋ ਕਿ ਇਸ ਤਰੀਕੇ ਦੀ ਸਰਕਾਰ ਆਵੇ ਅਤੇ ਇੱਦਾਂ ਦੇ ਜਿਹੜੇ ਮੁੱਦੇ ਨੇ ਉਹ ਪੂਰੇ ਕੀਤੇ ਜਾਣ? ਕਿਸੇ ਕਿਸਮ ਦੀ ਸਰਕਾਰ ਆ ਜਾਏ, ਸਾਨੂੰ ਤਾਂ ਚੋਣਾਂ 'ਚ ਸੰਘਰਸ਼ ਕਰਨਾ ਪੈਣਾ, ਸੰਘਰਸ਼ ਨਾਲ ਸਾਡੇ ਮੁੱਦੇ ਹੱਲ ਹੋਣੇ। ਸੰਘਰਸ਼ ਹੀ ਤੁਹਾਨੂੰ ਲੱਗ ਰਿਹਾ ਕਿ ਕੋਈ ਇਹਦਾ ਕੋਈ ਚੋਣਾਂ ਦੇ ਨਾਲ ਸਰਕਾਰ ਬਣਨ ਦੇ ਨਾਲ ਤੁਸੀਂ ਆਪਣਾ ਕੋਈ ਹੱਲ ਨਹੀਂ ਦੇਖਦੇ? ਬਿਲਕੁਲ ਕੋਈ ਹੱਲ ਨਹੀਂ ਦੇਖਦੇ ਵੀ ਭਾਈ, ਇਹ ਚੁਣੇ ਹੋਏ ਨੁਮਾਇੰਦੇ ਕਦੇ ਵੀ ਇੱਕ ਇਹਨਾਂ ਦਾ ਇੱਕ ਸੀਮਾ ਹੁੰਦੀ ਆ, ਉਹ ਸੀਮਾ ਤੋਂ ਵੱਧ ਨਹੀਂ ਲੜ ਸਕਦੇ। ਚੁਣੇ ਹੋਏ ਨੁਮਾਇੰਦੇ ਕਦੇ ਵੀ ਇਹ ਕਾਰਪੋਰੇਟ ਦੀਆਂ ਨੀਤੀਆਂ ਦਾ ਵਿਰੋਧ ਨਹੀਂ ਕਰ ਸਕਦੇ, ਕਾਰਪੋਰੇਟ ਦੇ ਵਿਰੋਧ ਦੇ ਹਮਲੇ ਦੇ ਮੂਹਰੇ ਇਹ ਨਹੀਂ ਖੜ ਸਕਦੇ। ਚੁਣੇ ਹੋਏ ਨੁਮਾਇੰਦਿਆਂ ਨੂੰ ਕੋਈ ਸੀਮਾ ਹੁੰਦੀ ਆ, ਸੀਮਾ ਤੋਂ ਬਾਹਰ ਨਹੀਂ ਜਾ ਸਕਦੇ। ਐਸ ਤਿੰਨ ਕਾਨੂੰਨਾਂ ਦੇ ਖਿਲਾਫ਼ ਦੇਖੋ, ਕੋਈ ਪੰਚਾਇਤ, ਕੋਈ ਵਿਧਾਨ ਸਭਾ ਜਾਂ ਕੋਈ ਅਦਾਰਾ ਚੋਣਾਂ ਦੇ ਵਿੱਚ
ਜੇ ਇਹ ਵੀ ਕਹਿਣਾ ਹੋਵੇ ਵੀ ਮੋਦੀ ਨੇ ਕਾਨੂੰਨ ਵਾਪਸ ਲਏ, ਮੋਦੀ ਨੇ ਕਾਨੂੰਨ ਵਾਪਸ ਨਹੀਂ ਲਏ, ਇਹ ਕਾਰਪੋਰੇਟ ਦੇ ਕਹਿਣ 'ਤੇ ਮੋਦੀ ਨੇ ਕਾਨੂੰਨ ਵਾਪਸ ਲੈਣੇ ਨੇ, ਇੰਨਾ ਚਿਰ ਅੜਿਆ ਜੇ ਕਾਰਪੋਰੇਟ ਦੀ ਬਾਂਹ ਮਰੋੜੀ ਹੋਈ ਸੀ ਉਹਦੀ। ਕਾਰਪੋਰੇਟ ਘਰਾਣਿਆਂ ਦੀ ਦਾਅਵਾ ਇਹਨਾਂ 'ਤੇ, ਉਹਨਾਂ ਦੇ ਤਹਿਤ ਚੱਲਦੇ ਨੇ, ਉਹਨਾਂ ਦੇ ਪੱਖ ਦੇ ਫੈਸਲੇ ਕਰਦੇ ਨੇ, ਉਹ ਸਾਡੇ ਵਿਰੋਧੀ ਨੇ ਜਿਹੜੇ ਫੈਸਲੇ ਹੁੰਦੇ ਨੇ, ਇਸ ਕਰਕੇ ਸਾਡੀ ਉਹਨਾਂ ਨਾਲ ਲੜਾਈ ਹੈ, ਇਸੇ ਕਰਕੇ ਅਸੀਂ ਚੋਣਾਂ 'ਚ ਨਹੀਂ ਜਾਂਦੇ, ਸਾਨੂੰ ਇੱਧਰ ਲੜਨ ਦੀ ਸਾਡੀ। ਇਹ ਜਿਹੜੀਆਂ ਪਾਰਟੀਆਂ ਇਸ ਵਾਰੀ ਕੰਟੈਸਟ ਕਰ ਰਹੀਆਂ ਨੇ, ਇਹਨਾਂ 'ਚੋਂ ਤੁਸੀਂ ਕਿਹਨੂੰ ਦੇਖਦੇ ਹੋ ਕਿ ਜਿਹੜੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਿਮਾਇਤੀ ਹੋ ਸਕਦੇ? ਕਿਸੇ ਨੂੰ ਵੀ ਨਹੀਂ ਦੇਖਦਾ ਮੈਂ, ਕਿਸੇ ਦੇ ਕਰਜ਼ੇ ਮਾਫ਼ ਨਹੀਂ ਹੋਏ, ਸਾਰੇ ਦੇ ਕਰਜ਼ਾ ਸੜਾ। ਨਹੀਂ, ਤੁਹਾਡੀ ਮੀਟਿੰਗ ਹੋਈ ਸੀਗੀ ਸਰਕਾਰ ਦੇ ਨਾਲ, ਉਹਨਾਂ ਨੇ ਕਿਹਾ ਸੀ ਕੁਛ ਨਹੀਂ ਹੋਇਆ? ਮੈਂ ਕਹਿੰਦੀ ਅੱਛਾ, ਉਹ ਇੱਕ ਪਾਸਾ ਨਹੀਂ ਆ, ਵਿੱਚ ਹੀ ਲਟਕਦਾ ਨਰਮੇ ਦਾ ਮਾਮਲਾ, ਵਿੱਚ ਹੀ ਲਟਕ ਰਹੀ ਆ ਖੁਦਕੁਸ਼ੀਆਂ ਦੀ ਪੇਮੈਂਟ, ਵਿੱਚ ਜਿਹੜਾ ਉਹ 2 ਲੱਖ ਰੁਪਇਆ ਕਰਜ਼ੇ 5 ਏਕੜ ਵਾਲੇ ਕਿਸਾਨਾਂ ਦਾ, ਵਿੱਚ ਹੀ ਉਹ ਲਟਕ ਰਿਹਾ, ਸਾਰੇ ਮੁੱਦੇ ਲਟਕ ਰਹੇ ਨੇ, ਕੇਸਾਂ ਦੀ ਵਾਪਸੀ ਵਾਲਾ ਵੀ ਵਿੱਚ ਹੀ ਲਟਕ ਰਿਹਾ। ਹੁਣ ਤੁਹਾਡੇ ਚੋਣਾਂ ਦੇ ਟਾਈਮ ਜਿਹੜੇ ਇਲੈਕਸ਼ਨੀਅਰਿੰਗ ਕੰਪੇਨਿੰਗ ਕਰਨਗੇ, ਉਹਨਾਂ ਦਾ ਤੁਸੀਂ ਵਿਰੋਧ ਕਰੋਗੇ ਕਿ ਨਹੀਂ ਕਰੋਗੇ? ਅਸੀਂ ਵਿਰੋਧ ਦਾ ਤਰੀਕਾ ਸਾਡਾ ਸਵਾਲ ਪੁੱਛਾਂਗੇ ਅਸੀਂ ਤਾਂ, ਅਸੀਂ ਵਿਰੋਧ ਨਾਲ ਟੱਕਰਾਂ ਥੋੜ੍ਹੇ ਮਾਰਾਂਗੇ ਉਹਨਾਂ ਦੇ ਵਿੱਚ ਜਾ ਕੇ, ਅਸੀਂ ਉਹਨਾਂ ਨੂੰ ਭੇੜ ਥੋੜ੍ਹੇ ਲਵਾਂਗੇ ਜਾ ਕੇ, ਜਾਂ ਉਹਨਾਂ ਦੇ ਪ੍ਰੋਗਰਾਮਾਂ ਨੂੰ ਥੋੜ੍ਹੇ ਅਸੀਂ ਜਾ ਕੇ ਕੱਢ ਪਾਵਾਂਗੇ, ਇਹ ਤਾਂ ਹੈ ਨਹੀਂ ਗੱਲ। ਸਵਾਲ ਕਰਨ ਦਾ ਸਹੀ, ਪਹਿਲਾਂ ਬੀਜੇਪੀ ਨੂੰ ਘੇਰਦਾ ਸੀ, ਹੁਣ ਬੀਜੇਪੀ ਨੇ ਕਾਨੂੰਨ ਵਾਪਸ ਲਏ, ਹੁਣ ਉਹਨਾਂ ਨੂੰ ਵੀ ਸਵਾਲ ਕਰਾਂਗੇ, ਦੂਜਿਆਂ ਨੂੰ ਵੀ ਸਵਾਲ ਕਰਾਂਗੇ।